ETSC ਚੈਨਲ ਪੰਜਾਬੀ ਤੇ ਅਲਫਾ ਟੀਵੀ ਪੰਜਾਬੀ ਦੇ ਦਰਸ਼ਕਾਂ ਸਾਹਮਣੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਲਕਸ਼ ਔਰਕੈਡ ਵਿਸ ਵਰਲਡ ਪੰਜਾਬਣ ਮੁਕਾਬਲੇ ਦੇ ਵਿੱਚ ਇਹਨਾਂ ਪੰਜਾਬਣਾਂ ਨੂੰ ਪੇਸ਼ ਕਰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਪੰਜਾਬੀ ਪਹਿਰਾਵੇ ਦੇ ਵਿੱਚ ਪੰਜਾਂ ਪਾਣੀਆਂ ਦੀ ਅਣਖ ਨੂੰ ਨਾਲ ਲੈ ਕੇ ਆਈਆਂ ਤੇ ਅਸੀਂ ਜਿਹੜਾ ਇਹ ਦੌਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਇਹਦੇ ਨਿਰਨਾਇਕ ਸਾਡੇ ਕੋਲ ਨੇ ਇਹਨਾਂ ਨਾਲ ਮੈਂ ਤੁਹਾਡੀ ਜਾਣ ਪਛਾਣ ਕਰਵਾ ਦਿਆਂ ਸਾਡੇ ਕੋਲ ਲੋਕ ਨਾਚਾਂ ਦੇ ਖੋਜੀ ਸ਼੍ਰੀਮਤੀ ਹਰਪ੍ਰੀਤਨ ਕੌਰ ਢਿੱਲੋਂ ਔਰ ਇਸੇ ਤਰ੍ਹਾਂ ਹੀ ਲੋਕ ਗਿਆਨ ਦੇ ਮੰਨੇ ਪਰਮੰਨੇ ਸਾਹਿਦਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਕਟਰ ਨਾਰ ਸਿੰਘ ਤੇ ਇਸੇ ਤਰ੍ਹਾਂ ਹੀ ਪੰਜਾਬ ਦੀ ਉਹ ਅਨਖੀਰੀ ਗਾਇਕਾ ਜਿਨੇ ਕਦੇ ਕਿਹਾ ਸੀ ਅਮਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ ਤੂੰ ਕਰੇ ਨਾ ਆਕੜ ਵੇ ਮੈਂ ਸਹਿੰਦੀ ਨਾ ਡੌਲੀ ਗਲੇਰੀਆ ਸੋ ਇਹਨਾਂ ਨਰਨਾਇਕਾ ਨੇ ਅੱਜ ਦੇ ਇਸ ਦੌਰ ਦਾ ਮਰਨਾ ਸਾਨੂੰ ਕਰਕੇ ਦੇਣਾ ਤੇ ਦੋਸਤੋ ਜਿਸ ਤਰ੍ਹਾਂ ਸਰਦਾਰ ਅੰਜਮ ਨੇ ਲਿਖਿਆ ਕਿ ਇਹਦਾ ਰੰਗ ਸੁਨਹਿਰੀ ਆ ਇਹ ਗੋਰੀ ਚਿੱਟੀ ਆ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਆ ਇਸ ਮਿੱਟੀ ਦੇ ਵਿੱਚ ਕੜਤਨ ਕਿਦਾਂ ਕੋਈ ਪਰ ਜਾਵੇ ਇਹ ਮਿੱਟੀ ਤਾਂ ਕਰ ਕਰ ਜਾ ਕੇ ਪਿਆਰ ਦੇ ਬੂਟੇ ਲਾਵੇ ਪੁੱਛ ਲਓ ਫਕੀਰਾਂ ਨੂੰ ਇਹਦੀ ਬਾਣੀ ਮਿੱਠੀ ਆ ਤੇ ਸਾਡੀ ਇਸ ਧਰਤੀ ਨੂੰ ਇਸ ਬੋਲੀ ਨੂੰ ਮੈਲੀ ਕੌਣ ਕਰ ਸਕਦਾ ਜਿਹਦੇ ਤੇ ਇਹੋ ਜੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹੋਣ ਤੇ ਇਹ ਸੁਪਨਾ ਸੱਭਿਆਚਾਰਕ ਸੱਤ ਪੰਜਾਬ ਦਾ ਜਿਹੜਾ ਪਿਛਲੇ 13 ਸਾਲ ਪਹਿਲਾਂ ਸਰਦਾਰ ਜਸਮੀਰ ਸਿੰਘ ਟੱਟ ਤੇ ਉਹਨਾਂ ਦੇ ਸਾਥੀਆਂ ਨੇ ਲਿਆ ਸੀ ਅੱਜ ਜਵਾਨ ਹੋ ਗਿਆ ਪੰਜਾਬ ਦੀ ਹਰ ਮਟਿਆਰ ਹਰ ਰੂ ਮਟਿਆਰ ਜੀ ਦਾ ਪੰਜਾਬੀ ਨਾਲ ਸੰਬੰਧ ਹੈ ਉਹ ਇਸ ਸਮਾਗਮ ਦੇ ਵਿੱਚ ਭਾਗ ਲੈਣਾ ਚਾਹੁੰਦੀ ਆ ਤੇ ਇਥੋਂ ਕੁਛ ਨਾ ਕੁਛ ਰਤਬਾ ਹਾਸਲ ਕਰਨਾ ਚਾਹੁੰਦੀ ਆ। ਇਹੀ ਸਾਡੀ ਪ੍ਰਾਪਤੀ ਆ ਔਰ ਇਸ ਪ੍ਰਾਪਤੀ ਦੀ ਤੁਹਾਨੂੰ ਮੈਂ ਹੱਦ ਦੱਸ ਦਿਆਂ ਕਿ ਇਸ ਵਾਰ ਸੈਂਕੜੇ ਲੜਕੀਆਂ ਦੇ ਵਿੱਚੋਂ ਅਸੀਂ ਸੈਮੀ ਫਾਈਨਲ ਲਈ 30 ਲੜਕੀਆਂ ਚੁਣੀਆਂ ਜਿਨ੍ਹਾਂ ਨੂੰ ਅੱਜ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਲੇਕਿਨ ਉਹਨਾਂ ਲੜਕੀਆਂ ਨੂੰ ਤੁਹਾਡੇ ਰੂਬਰੂ ਕਰਨ ਤੋਂ ਪਹਿਲਾਂ ਮੈਂ ਪੇਸ਼ ਕਰ ਰਿਹਾ ਸਰਦਾਰ ਜਸਮੀਰ ਸਿੰਘ ਟੱਟ ਜਿਨ੍ਹਾਂ ਦਾ ਇਹ ਸੁਪਨਾ ਅੱਜ ਜਵਾਨ ਹੋਇਆ। ਟੱਟ ਸਾਹਿਬ ਬਹੁਤ-ਬਹੁਤ ਸ਼ੁਕਰੀਆ ਪੰਜਾਬੀਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਇਸ ਪ੍ਰੋਗਰਾਮ ਦੀ ਕਾਮਯਾਬੀ ਦੀਆਂ ਜਿਹੜਾ ਅੱਜ ਤੁਸੀਂ 2004 ਦੇ ਵਿੱਚ 8ਵਾਂ ਲਖਸ ਔਰਕੇ ਮਿਸ ਵਰਲਡ ਪੰਜਾਬਨ ਮੁਕਾਬਲਾ ਜਿਹੜਾ ਕਰਵਾ ਰਹੇ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਸ ਵਕਤ ਦੇ ਦੇਖੋ ਜੀ ਜਿਸ ਤਰ੍ਹਾਂ ਕੋਈ ਵੀ ਦਰਖਤ ਆਪਣੀਆਂ ਜੜ੍ਹਾਂ ਨਾਲੋਂ ਵੱਖ ਹੋ ਕੇ ਧਰਤੀ ਤੇ ਖੜਾ ਨਹੀਂ ਰਹਿ ਸਕਦਾ ਉਸੇ ਤਰ੍ਹਾਂ ਕੋਈ ਵੀ ਕੌਮ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਭੁੱਲ ਕੇ ਜਿੰਦਾ ਨਹੀਂ ਰਹਿ ਸਕਦੀ ਅੱਜ ਪੱਛਮੀ ਪ੍ਰਭਾਵ ਦੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਆਪਣੀਆਂ ਜੋ ਉਹਨਾਂ ਦੇ ਸਮਾਜਿਕ ਫਰਜ਼ ਬਣਦੇ ਨੇ ਉਹਨਾਂ ਤੋਂ ਕੰਨੀ ਕਿ ਤਰਾ ਰਹੇ ਨੇ ਅਸ਼ਲੀਲਤਾ ਬਹੁਤ ਜ਼ਿਆਦਾ ਵੱਧ ਰਹੀ ਹੈ ਲੜਕੀਆਂ ਦੇ ਤੰਤ ਤੋਂ ਕੱਪੜੇ ਜਿਹੜੇ ਨੂੰ ਦਿਨ ਦਿਨ ਘੜਦੇ ਜਾ ਰਹੇ ਨੇ ਆਪਣੇ ਨੌਜਵਾਨ ਪੀੜੀ ਨੂੰ ਆਪਣੇ ਪੰਜਾਬ ਦੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਅਸੀਂ ਜੋ ਪਿਛਲੇ ਸਾਲਾਂ ਤੋਂ ਇਹ ਉਪਰਾਲਾ ਕਰਦੇ ਆ ਰਹੇ ਹਾਂ ਉਸ ਲਈ ਸਾਰੇ ਹੀ ਪੰਜਾਬੀਆਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਔਰ ਇਸ ਟਾਈਮ ਜਦੋਂ ਅਸੀਂ ਆਠਵਾਂ ਵਿਸ ਪੰਜਾਬਨ ਮੁਕਾਬਲਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤਾਂ ਮੈਂ ਸਮੂਹ ਪੰਜਾਬੀਆਂ ਦਾ ਖਾਸ ਕਰਕੇ ETC ਚੈਨਲ ਪੰਜਾਬੀ ਅਤੇ Alpha TV ਪੰਜਾਬੀ ਦਾ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਸਾਰਤਕ ਜੱਤੂ ਨੂੰ ਸਾਰੀ ਦੁਨੀਆ ਅਤੇ ਸਾਰੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਬਹੁਤ ਵੱਡੇ ਯਤਨ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਸ਼ੇਰਨੀਆਂ ਦੇ ਤੌਰ ਤੁਰਨ ਵਾਲੀਆਂ ਵਿਸ਼ਵ ਪੱਧਰੀਆਂ ਸੁੰਦਰ ਸੁਸ਼ੀਲ ਪੰਜਾਬੀ ਮੁਟਿਆਰਾਂ ਦਾ ਪਹਿਲਾ ਤੇ ਇੱਕੋ ਇੱਕ ਅੰਤਰਰਾਸ਼ਟਰੀ ਵਿਲੱਖਣ ਸੁੰਦਰਤਾ ਮੁਕਾਬਲਾ ਮਿਸ ਵਰ ਪੰਜਾਬੋ